ਤੇ ਮੈਂ ਹੁਣ ਬੇਨਤੀ ਕਰਦਾ ਪਰਮ ਆ ਜਾ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਮੈਂ ਜੀ ਪਹਿਲੀ ਵਾਰੀ ਇੱਥੇ ਪਰਫੋਰਮ ਕਰਨਾ, ਵੈਸੇ ਤਾਂ ਹੈ ਨਹੀਂ, ਅੱਜ ਮੇਰਾ ਬੁਖਾਰ ਬਗੂ ਰਹਿਣ ਸੀ ਕਰਾਂ ਇੱਥੇ ਹੀ ਹੈ ਮੇਰਾ। ਜੇ ਫਿਰ ਵੀ ਵਧੀਆ ਲੱਗੇ ਤਾੜੀਆਂ ਮਾਰ ਦਿਓ, ਬਸ ਹਾਜ਼ਰੀ ਲਾਉਣਾ ਹੈ ਬਸ। ਮੈਂ ਬਾਬਾ ਸੁਣੂਗੇ ਮਿੱਟੀ ਦਾ ਬਾਬਾ, ਠੀਕ ਹੈ। ਪਹਿਲਾਂ ਕਾਲਾ ਰੱਖ ਲਿਆ ਭਾਈ, ਆਵਾਜ਼ ਕਰ ਦਿਓ ਭਾਜੀ, ਆਵਾਜ਼ ਕਰ ਦਿਓ, ਰਿਵਰਬ ਲਾ ਦਿਓ ਹੋਰ। ਜਿਹੜੀਆਂ ਸੂਰਤਾਂ ਚੜ੍ਹਨ ਚੁਬਾਰਿਆਂ ਤੇ ਇੱਕ ਦਿਨ ਚ ਖਾਤੇ ਚੜ੍ਹਦੀਆਂ ਦੇਖੀਆਂ ਮੈਂ, ਜਿੰਨਾ ਜ਼ੁਲਫਾਂ ਨੂੰ ਅੰਦਰ ਤੇਲ ਲੱਗੇ ਵਾਂਗ ਘਾਸੇ ਸੜਦੀਆਂ ਦੇਖੀਆਂ ਮੈਂ, ਛਜੂਰਾਂ ਮਾਂ ਜੋ ਸੂਰਤਾਂ ਛੱਡ ਜਹਾਨ ਗਈਆਂ, ਮੁੜ ਕੇ ਪਿੰਡ ਨਾ ਵੜਦੀਆਂ ਦੇਖੀਆਂ ਮੈਂ, ਮੁੜ ਕੇ ਪਿੰਡ ਨਾ ਵੜਦੀਆਂ ਦੇਖੀਆਂ ਮੈਂ, ਹੋ
ਸਾਡੇ ਦਰਮਿਆਨ ਸਾਡੇ ਆਪਣੇ ਇਸ ਹਲਕੇ ਦੇ ਐਮਐਲਏ ਸਾਹਿਬ ਸਰਦਾਰ ਕੁਲਵੰਤ ਸਿੰਘ ਜੀ ਪਹੁੰਚੇ ਜੀ ਨਿੱਘਾ ਇਸਤਕਬਾਲ ਕਰਦੇ ਤੇ ਪਹੁੰਚਣ ਦੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਅੱਜ ਇਸ ਪੰਡਾਲ ਦੇ ਵਿੱਚ ਸੱਤ ਰੰਗ ਝੰਡੇ ਨੇ ਔਰ ਟਰੂ ਹੋਪ ਕਲਚਰ ਸੋਸਾਇਟੀ ਦੇ ਵਿੱਚ ਪਹੁੰਚੇ ਜੀ ਨਿੱਘਾ ਸਵਾਗਤ ਹੈ। ਇੱਕ ਵਾਰੀ ਮੈਂ ਚਾਹੂੰਗਾ ਕਿ ਜ਼ੋਰਦਾਰ ਤਾੜੀਆਂ ਦੇ ਨਾਲ ਇਸਤਕਬਾਲ ਕਰਦੇ ਸਰਦਾਰ ਕੁਲਵੰਤ ਸਿੰਘ ਜੀ ਐਮਐਲਏ ਸਾਹਿਬ ਮੋਹਾਲੀ ਤੋਂ ਉਚੇਚੇ ਤੌਰ 'ਤੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਅੱਜ ਸਾਡੇ ਦਰਮਿਆਨ ਇਹਨਾਂ ਕਲਾਕਾਰਾਂ ਨੂੰ ਆਸ਼ੀਰਵਾਦ ਦੇਣ ਦੇ ਲਈ ਇੱਕ ਛੋਟੇ ਜਿਹੇ ਬੋਲ ਦੇ ਉੱਤੇ ਇੱਥੇ ਆਏ ਜੀ। ਸਵਾਗਤ ਕਰਦੇ ਹਾਂ ਅਸੀਂ ਇਹਨਾਂ ਦਾ ਸਰਦਾਰ ਕੁਲਵੰਤ ਸਿੰਘ ਜੀ ਐਮਐਲਏ ਸਾਹਿਬ ਮੋਹਾਲੀ। ਚੱਲੀ ਚੱਲੋ ਚੱਲੀ ਚੱਲੋ ਭਾਈ ਨੀ ਮਨ ਬੈਠੀ ਮਨ ਫੁੱਲਾ ਰਾਣੀ ਘਰ ਵਿੱਚ ਹੁਕਮ ਚਲਾਇਆ ਨੀ ਨੌ ਦਰਵਾਜ਼ੇ ਮੈਂ